जिहड़ा श्रोमणी अकाली दल ते बीएसपी दा गठबंधन होया एक सांझा गठबंधन होया ते आउण वाले समय विच इह दोन्हीं रल के पंजाब च सरकार बनाउणगे। साडी 101% इह सीट जित्ती पई आ। साडे आउण वाले MLA सरदार बलदेव सिंह जी खैरा जी होणगे ते असीं इहनां नूं घट्टो घट्ट 50,000 दी लीड नाल जितावांगे। कांग्रेस दे कोलों 4,000 वोट नाल जित्ते सी ते जिहड़ी आगामी पिछली लोक सभा चोण होई आ उस विच BSP नूं 42,000 वोट पए सी। जे दोनों का तुसीं टोटल ला लो तो घट्टो घट्ट 50,000 की लीड तो तकरीबन असीं जित्तांगे जी। आने वाले समय सरकार तो अकाली दल की पक्की आ ते जे अपने बलदेव सिंह खैरा जी वड्डी लीड नाल जित्तणगे ते सानूं इह पूरी आस आ कि सुखबीर सिंह बादल जी इहनां नूं एक वड्डे जिम्मेवारी मंत्री पद दे के नवाजणगे जी। ਉਹ ਰਵਨੀਤ ਬਿੱਟੂ ਜੀ ਇਹ ਕਹਿ ਰਹੇ ਆ ਵੀ ਇਹ ਪਵਿੱਤਰ ਸੀਟਾਂ ਕੀ ਦਲਿਤ ਭਰਾ ਸਾਡੇ ਭਰਾ ਨਹੀਂ, ਉਹ ਬਿਲਕੁਲ ਪਵਿੱਤਰ ਆ। ਇਹ ਗਲਤ ਬਿਆਨਬਾਜ਼ੀ ਉਹਨਾਂ ਨੇ ਕੀਤੀ ਆ। ਇਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਾਂਗਰਸ ਸਰਕਾਰ ਨੇ 5 ਸਾਲਾਂ 'ਚ ਕੁਝ ਨਹੀਂ ਕੀਤਾ ਤੇ ਹੁਣ ਜਿਹੜੇ ਵਰਕਰ ਜਿਹੜੇ ਵਿਚਾਰੇ ਬੇਰੋਜ਼ਗਾਰ ਬੰਦੇ ਆ ਜਾਂ ਜਿਹੜੇ ਕਾਮੇ ਆ ਉਹ ਆਪਣੀ ਮਿਹਨਤ ਹੀ ਮੰਗਦੇ ਆ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਜੇ ਆਉਣ ਵਾਲੇ ਟਾਈਮ 'ਚ ਸਾਡੀ ਸਰਕਾਰ ਆਊਗੀ ਤੇ ਅਸੀਂ ਉਹਨਾਂ ਨੂੰ ਪੂਰਾ ਬਣਦਾ ਸਨਮਾਨ ਕਰਾਂਗੇ। साइन टीवी देख रहे सारे दर्शकों का स्वागत है, मैं लवली कुमार। सो दोस्तों जिवें कि तुहानू पता ही है कि 2022 दीआं विधानसभा चोणां नूं लैके पूरे पंजाब दे विच हलचल शुरू हो चुकी है ते अज साडे नाल फलौर दे सर्कल प्रधान जीता जी मौजूद ने। जीता जी दा मन्निया जांदा है कि MLA बलदेव खैरा जी दे सब तो कहिंदे हुंदे पुराने साथी भी ने ते उहनां दे सब तो सहयोगी भी ने। उहनां नाल गल्लबात करदे हां भाजी, बहुत बहुत स्वागत है। धन्यवाद जी। ਭਾਜੀ ਗੱਲ ਕਰੀਏ 2022 ਦੀਆਂ ਵਿਧਾਨ ਸਭਾ ਚੋਣਾਂ ਆ ਚੁੱਕੀਆਂ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ BSP ਦਾ ਜਿਹੜਾ ਗਠਬੰਧਨ ਹੋਇਆ ਉਹਨੂੰ ਕਿਵੇਂ ਦੇਖਦੇ ਹੋ? ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ BSP ਦਾ ਗਠਬੰਧਨ ਹੋਇਆ ਆ ਇੱਕ ਸਾਂਝਾ ਗਠਬੰਧਨ ਹੋਇਆ ਤੇ ਆਉਣ ਵਾਲੇ ਸਮੇਂ ਵਿੱਚ ਇਹ ਦੋਨੇ ਰਲ ਕੇ ਪੰਜਾਬ 'ਚ ਸਰਕਾਰ ਬਣਾਉਣਗੇ ਤੇ ਇਹ ਗਠਬੰਧਨ ਜਿੱਦਾਂ ਆਉਣ ਵਾਲੇ ਸਮੇਂ 'ਚ ਸਾਡੇ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਬਣਨਗੇ ਤੇ ਤੁਹਾਨੂੰ ਪਤਾ ਹੀ ਹੈ ਤੇ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਅਸੀਂ ਉਹਨਾਂ 'ਤੇ ਝੋਲੀ ਪਾਵਾਂਗੇ। ਭਾਜੀ ਗੱਲ ਕਰੀਏ ਫਲੌਰ ਵਿਧਾਨ ਸਭਾ ਹਲਕੇ ਦੀ ਤੇ ਪਿਛਲੇ ਸਮੇਂ ਦੇ ਵਿੱਚ ਕਾਫੀ ਦਹਾਕਿਆਂ ਤੋਂ ਦੇਖਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੀ ਨੁਮਾਇੰਦਾ ਚੁਣਿਆ ਜਾਂਦਾ ਆ ਤੇ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਕੀ ਲੱਗਦਾ ਕਿ ਜਿਹੜਾ BSP ਤੇ ਅਕਾਲੀ ਦਲ ਇਕੱਠੇ ਹੋ ਗਏ ਆ ਤੇ ਇਸ ਵਾਰ ਕਿੰਨੀ ਕੁ ਲੀਡ ਮਿਲ ਸਕਦੀ ਹੈ ਜੀ? ਜੀ ਪਿਛਲੇ 3 ਦਹਾਕਿਆਂ ਤੋਂ ਤੁਹਾਨੂੰ ਪਤਾ ਹੀ ਹੈ ਵੀ ਇਹ ਸੀਟ ਸ਼੍ਰੋਮਣੀ ਅਕਾਲੀ ਦੀ ਪੱਕੀ ਸੀਟ ਹੈ ਜੀ, ਹੈ ਨਾ ਜੀ? ਤੇ ਇਸ ਵਾਰ ਦਾ ਸਾਡਾ ਸਮਝੌਤਾ BSP ਨਾਲ ਹੋ ਗਿਆ ਤੇ ਸਾਡੀ 101% ਇਹ ਸੀਟ ਜਿੱਤੀ ਪਈ ਆ। ਸਾਡੇ ਆਉਣ ਵਾਲੇ MLA ਸਰਦਾਰ ਬਲਦੇਵ ਸਿੰਘ ਜੀ ਖੈਰਾ ਜੀ ਹੋਣਗੇ ਤੇ ਅਸੀਂ ਇਹਨਾਂ ਨੂੰ ਘੱਟੋ ਘੱਟ 50,000 ਦੀ ਲੀਡ ਨਾਲ ਜਿਤਾਵਾਂਗੇ ਜੀ। ਸਰ ਬੜੀ ਵੱਡੀ ਗੱਲ ਕਰ ਰਹੇ ਹੋ, ਤੁਹਾਨੂੰ ਲੱਗਦਾ ਵੀ ਤੁਸੀਂ ਇੰਨੀਆਂ ਵੋਟਾਂ ਨਾਲ ਜਿੱਤ ਪ੍ਰਾਪਤ ਕਰ ਸਕਦੇ ਹੋ? ਬਿਲਕੁਲ ਜੀ, ਪਿਛਲੇ ਚੋਣਾਂ ਦੇ ਵਿੱਚ ਅਸੀਂ ਕਾਂਗਰਸ ਦੇ ਕੋਲੋਂ 4,000 ਵੋਟ ਨਾਲ ਜਿੱਤੇ ਸੀ ਤੇ ਜਿਹੜੀ ਆਗਾਮੀ ਪਿਛਲੀ ਲੋਕ ਸਭਾ ਚੋਣ ਹੋਈ ਆ ਉਹਦੇ ਵਿੱਚ BSP ਨੂੰ 42,000 ਵੋਟ ਪਏ ਸੀ। ਜੇ ਦੋਨਾਂ ਦਾ ਤੁਸੀਂ ਟੋਟਲ ਲਾ ਲਓ ਤਾਂ ਘੱਟੋ ਘੱਟ 50,000 ਦੀ ਲੀਡ ਤਾਂ ਤਕਰੀਬਨ ਅਸੀਂ ਜਿੱਤਾਂਗੇ ਜੀ। ਤੇ ਭਾਜੀ ਹੁਣ ਗੱਲ ਕੀਤੀ ਜਾਵੇ MLA ਸਾਹਿਬ ਦੀ ਵੀ ਇੰਨੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਜੇਕਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਕੀ ਲੱਗਦਾ ਵੀ MLA ਸਾਹਿਬ ਨੂੰ ਕਿੱਥੇ ਦੇਖਦੇ ਜੀ? ਆਉਣ ਵਾਲੇ ਸਮੇਂ ਸਰਕਾਰ ਤਾਂ ਅਕਾਲੀ ਦਲ ਦੀ ਪੱਕੀ ਆ ਤੇ ਜੇ ਆਪਣੇ ਬਲਦੇਵ ਸਿੰਘ ਖਹਿਰਾ ਜੀ ਵੱਡੀ ਲੀਡ ਨਾਲ ਜਿੱਤਣਗੇ ਤੇ ਸਾਨੂੰ ਇਹ ਪੂਰੀ ਆਸ ਆ ਕਿ ਸੁਖਬੀਰ ਸਿੰਘ ਬਾਦਲ ਜੀ ਇਹਨਾਂ ਨੂੰ ਇੱਕ ਵੱਡੇ ਜ਼ਿੰਮੇਵਾਰੀ ਮੰਤਰੀ ਪਦ ਦੇ ਕੇ ਨਵਾਜਣਗੇ ਜੀ। ਤੇ ਭਾਜੀ ਕੋਈ ਵੀ ਇਲੈਕਸ਼ਨ ਹੋਵੇ ਉਹਦੇ ਵਿੱਚ ਯੂਥ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਯੂਥ ਨੂੰ ਕਾਫੀ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਤੇ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਆਪਣਾ ਰੋਲ ਜਿਹੜਾ ਬਖੂਬੀ ਨਿਭਾਊਗਾ ਕਿ ਨਹੀਂ ਜੀ? ਬਿਲਕੁਲ ਜੀ, ਜਿੱਦਾਂ ਤੁਹਾਨੂੰ ਪਤਾ ਹੀ ਆ ਅੱਜ ਵੀ ਆਪਾਂ ਤੁਸੀਂ ਦੇਖਿਆ ਵੀ ਆਪਣੇ ਪਿੰਡ ਬਡਾਲੇ ਤੋਂ ਸੁਖਦੀਪ ਸਿੰਘ ਸੁੱਖੇ ਜੀ ਨੂੰ ਆਪਾਂ ਆਪਣੇ ਪੰਜਾਬ ਦੇ ਵਿੱਚ ਯੂਥ ਦਾ ਵਾਈਸ ਪ੍ਰਧਾਨ ਬਣਾਇਆ ਆ। ਇੱਦਾਂ ਹਰ ਪਿੰਡ ਦੇ ਵਿੱਚ ਕੁਛ ਨਾ ਕੁਛ ਨੌਜਵਾਨਾਂ ਨੂੰ ਆਪਾਂ ਅੱਗੇ ਵਧਾਵਾਂਗੇ। ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਨੌਜਵਾਨਾਂ ਦਾ ਟਾਈਮ ਆ ਅਤੇ ਨੌਜਵਾਨਾਂ ਨੂੰ ਅੱਗੇ ਕਰਕੇ ਹੀ ਨਾਲੇ ਸ਼੍ਰੋਮਣੀ ਅਕਾਲੀ ਦਲ ਤਾਂ ਅੱਗੇ ਹੀ ਨੌਜਵਾਨ ਨੂੰ ਅੱਗੇ ਰੱਖਦੀ ਆ ਅਤੇ ਇਹ ਵੱਡੀ ਲੀਡ ਪ੍ਰਾਪਤ ਕਰਨਗੇ, ਪੂਰੀ ਮਿਹਨਤ ਕਰਨਗੇ ਜੀ। ਸਰ BSP ਅਤੇ ਅਕਾਲੀ ਦਲ ਦਾ ਜਦੋਂ ਗੱਠਜੋੜ ਹੋਇਆ ਸੀ ਤਾਂ ਪਿਛਲੇ ਦਿਨੀ ਲੁਧਿਆਣਾ ਤੋਂ MP ਰਵਨੀਤ ਸਿੰਘ ਬਿੱਟੂ ਜੀ ਦੇ ਵੱਲੋਂ ਇੱਕ ਆਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਅਤੇ ਇੱਕ ਹੋਰ ਸੀਟ ਨੂੰ ਲੈ ਕੇ ਇੱਕ ਵਿਸ਼ੇਸ਼ ਟਿੱਪਣੀ ਕੀਤੀ ਸੀ, ਉਹਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਉਹਨਾਂ ਦੇ ਵੱਲੋਂ ਇਹ ਟਿੱਪਣੀਆਂ ਕੀਤੀਆਂ ਜਾ ਰਹੀਆਂ ਗੁਰੂ ਸਾਹਿਬ ਦੇ ਉੱਪਰ ਅਤੇ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ, ਉਹਨੂੰ ਕੀ ਲੱਗਦਾ ਵੀ BSP ਉੱਥੋਂ ਜਿੱਤ ਪ੍ਰਾਪਤ ਕਰ ਸਕਦੀ ਕਿ ਨਹੀਂ ਜੀ?
देखो जी जित तो BSP की होनी है, जिदा बिट्टू साहब ने कहा कि ये पवित्र सीटा आ। देखो जी गुरु साहब का फरमान है, अपने गुरु ग्रंथ साहब जी भी लिखा भी सारे लोग इको जहा ही है जी, कोई इतने कोई जात पात नहीं। तो उन्होंने इस चीज़ को बधाया तो कोई जात पात नहीं। तो BSP और रवनीत बिट्टू जी ये कह रहे हैं भी ये पवित्र सीटा कि दलित भरा साढ़े भरा नहीं, वो बिल्कुल पवित्र आ। ये गलत बयानबाजी उन्होंने की आ, उन्होंने घट्टो घट केस तो जरूर जिदा थानू पता ही अकाली दल श्रोमणी अकाली दल काफ़ी पिछले समय तो उन्होंने विरुद्ध केस करने की कोशिश कर रही है जी। सर एक गल की जाए तो जिमें फलौर नगर कौंसल दे विच ते नूरमहल नगर कौंसल हुई जा होर भी नगर कौंसलों के एक सफाई कामियां दे वल्लों हड़ताल चल रही है, तो कि तुहानू नहीं लगता भी श्रोमणी अकाली दल उन्हां दा वध तो वध सहयोग देना चाहिए? बिल्कुल जी बिल्कुल देना चाहिए। देखो जी एक अपने जिहड़े कामे आ उन्हां नूं उन्हां दा वेतन भत्ता पूरा मिलना चाहिए, क्योंकि जिस तरह तुहानू पता ही है कांग्रेस सरकार ने 5 सालां 'च कुछ नहीं किया। तो हुण जिहड़े वर्कर जिहड़े बेचारे बेरोजगार बंदे आ जां जिहड़े कामे आ वो अपनी मेहनत ही मंगदे आ, तो असीं उन्हां नूं विश्वास दिवाउने आ जे आने वाले टाइम साडी सरकार आऊगी तो असीं उन्हां नूं पूरा बनदा सन्मान करांगे जी। ते सर लास्ट दे विच तुहाडे तों एक अपने जिहड़े फलौर विधानसभा हल्के दे वोटर आ जां पूरे पंजाब दे वोटर आ उन्हां नूं की अपील करना? असी उन्हों यही अपील करना चाहते तुम कांग्रेस के 5 साल देख लै, उदू पिछे 10 साल अकाली दल की सरकार रही है, थानू पता कितना विकास का काम होया पंजाब पूरे भारत, तो पिछले 5 साल तो कुछ नहीं होया। थानू पता जिदा टीचर रोड़ रहे सड़कों के टीचर देखे होना पिछले 10 दिनों तो किसी ने आत्महत्या करने की कोशिश की आ, फिर इन्होंने जिहड़ा पे कमीशन लागू किया वह भी पूरा नहीं किया, एवं टैंपररी थोड़े जिहे करके करता। इस करके असी उन्होंने विश्वास दवाने वोटरों भी तुम श्रोमणी अकाली दल की सरकार बनाओ तो असी जिहड़े वादे पूरे करांगे असी पूरे करांगे जी। सो दोस्तों एसन जीता जी जिन्हां दे वल्लों बड़े वड्डे वड्डे दावे किए जा रहे हैं कि जेकर पंजाब दे विच श्रोमणी अकाली दल की सरकार आउंदी आ तां पंजाब दे विच जिहड़ियां भी समस्यावां चल रही उन्हां नूं पहल दे आधार ते हल किया जाऊगा। सुनने वाले समय च देखना होगा कि पंजाब दे वोटर किन्हां दे सिर ते सेहरा बन के उन्हां नूं विधानसभा चोणां विधानसभा दे विच भेज दिया। कैमरा परसन पवित्र कुमार दे नाल लवली कुमार साईं टीवी पिंड बडाला। सावधान खुला चैलेंज ते गुमराह करन वालियां तो रहो सावधान, काले इलम नाल मौत भी हो सकती है। पशु फसल नुकसान कोर्ट कचहरी जमीन जायदाद दा बंटवारा जेकर तुहाडा लड़का लड़की या पति पत्नी कहने तो है बार तां मियां भारती जी नूं जरूर मिलो। कम चाहे कोई भी होवे सिर्फ 5 मिंट च करनगे समाधान। गरंटी अष्टाम पेपर ते लिख के लो। जिवें मनचाहा वशीकरण मुठीकरण करवाओ या तुड़वाओ, घर विच कलेश रहना, पति पत्नी विच अणबण, कीता किराया पैसे विच बरकत ना होना, हर जगह तो निराश प्रेमी प्रेमिका अपना प्यार पाउण लई एक बार मियां भारती जी नूं जरूर मिलण। पता आरती चौंक फिरोजपुर रोड लुधियाणा। आउण तो पहला फोन जरूर करो 98 158 63 123।